फिरोजपुर में कैबिनेट मंत्री राणा गुरमीत सिंह सोढ़ी की रिहाइश के बाहर पुलिस और अध्यापकों के बीच धक्का मुक्की से माहौल गरमाया। फिरोजपुर में सांझा अध्यापक मोर्चा की तरफ से मशाल मार्च निकालकर धोक रोड पर स्थित कैबिनेट मंत्री राणा गुरमीत सिंह सोढ़ी के रिहाइश के बाहर रोष प्रदर्शन निकाला गया और इस विशाल मार्च में अध्यापकों के बच्चों ने भी भाग लिया और अध्यापक जत्थेबंदियों ने पंजाब सरकार के खिलाफ जमकर नारेबाजी की। वहीं साझा अध्यापक मोर्चा में भाग ले रहे अध्यापकों को राणा गुरमीत सिंह सोढ़ी की कोठी के अंदर घुस रहे अध्यापकों को रोकने पर अध्यापकों और पुलिस में धक्का मुक्की हो गई। वहीं रोष प्रदर्शन कर रहे अध्यापकों ने कहा कि पंजाब सरकार की तरफ से 65% सैलरी को घटा दिया गया है। उन्होंने कहा कि 15,000 में अध्यापक कैसे काम करेंगे। फिरोजपुर से सुखचैन सिंह की खास रिपोर्ट। ਅੱਜ ਜਿਹੜਾ ਅਸੀਂ ਧਰਨਾ ਲਗਾਇਆ ਜੀ, ਅਸੀਂ ਰਾਣਾ ਸੋਢੀ ਦੀ ਕੋਠੀ ਵੱਲ ਮੂਵ ਕਰਾਂਗੇ। ਸ਼ੁਰੂ ਤੋਂ ਹੀ ਅਸੀਂ ਕਹਿੰਦੇ ਆ ਰਹੇ ਹਾਂ ਕਿ ਜਿਹੜੇ SSA ਰਮਸਾ 9 ਸਾਲਾਂ ਤੋਂ ਗਵਰਨਮੈਂਟ ਦੇ ਸਕੂਲਾਂ ਦੇ ਵਿੱਚ ਸੇਵਾ ਨਿਭਾ ਰਿਹਾ ਹੈ, ਉਹਨਾਂ ਨੂੰ ਹੁਣ ਜਿਹੜਾ 15,300 'ਤੇ ਰੈਗੂਲਰ ਕਰਨ ਦਾ ਇੱਕ ਤੋਹਫਾ ਜਿਹੜਾ ਸਰਕਾਰ ਨੇ ਦਿੱਤਾ, ਉਹ ਤੋਹਫਾ ਸਾਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਹੈ, ਕਿਉਂਕਿ 65 ਤੋਂ ਲੈ ਕੇ 75% ਤੱਕ ਇਹਨਾਂ ਨੇ ਸਾਡੀ ਸੈਲਰੀ ਦੇ ਵਿੱਚ ਕੱਟ ਲਗਾ ਦਿੱਤਾ ਹੈ। ਜਦੋਂ ਕਿ ਇਹ ਜਿਹੜਾ ਕੱਟ ਹੈ ਕਿਸੇ ਵੀ ਫਾਈਨੈਂਸ਼ੀਅਲ ਐਮਰਜੈਂਸੀ ਦੇ ਕੇਸ ਦੇ ਵਿੱਚ ਲਗਾਇਆ ਜਾਂਦਾ ਹੈ ਕਿਸੇ ਵੀ ਸਟੇਟ ਦੇ ਵਿੱਚ, ਔਰ ਪੰਜਾਬ 'ਚ ਐਸਾ ਕੋਈ ਹਜੇ ਕ੍ਰਾਈਸਿਸ ਨਹੀਂ ਆਇਆ ਹੈ। ਸੋ ਇਸ ਮਜਬੂਰੀ ਦੇ ਹੇਠ ਅਸੀਂ ਇਹ ਜਿਹੜਾ ਮੋਰਚਾ ਲਗਾਇਆ ਹੈ ਅਤੇ ਔਰ ਅਸੀਂ ਰਾਣਾ ਸੋਢੀ ਦੇ ਵੱਲ ਮੂਵ ਕਰਾਂਗੇ। ਕੀ ਤੁਸੀਂ ਕੈਂਡਲ ਮਾਰਚ ਕਰ ਰਹੇ ਹੋ ਜਾਂ ਸ਼ਾਂਤੀ ਮਾਰਚ ਹੋਊਗਾ? ਮਸ਼ਾਲ ਮਾਰਚ, ਇਹ ਮਸ਼ਾਲ ਮਾਰਚ ਹੈ ਜੀ। ਅਸੀਂ ਸਾਰੇ ਪਹਿਲਾਂ ਇੱਥੇ ਆਪਣਾ ਇਕੱਠ ਕਰਕੇ ਅਤੇ ਉਸ ਤੋਂ ਬਾਅਦ ਅਸੀਂ ਇੱਕ ਕੈਂਡਲ ਮਾਰਚ ਕਰਾਂਗੇ ਰਾਣਾ ਸੋਢੀ ਦੀ ਕੋਠੀ ਦੇ ਵੱਲ। ਮੈਨੂੰ ਪੁੱਛਿਆ ਸਰਕਾਰ ਦਾ ਇਹ ਕਹਿਣਾ ਕਿ ਜਿਹੜੀਆਂ ਤੁਹਾਡੇ ਨਾਲ ਜਦੋਂ ਸਮਝੌਤਾ ਹੋਇਆ ਸੀਗਾ ਉਹ ਸ਼ਰਤਾਂ ਜਿਹੜੀਆਂ ਸੀ ਉਹ ਅਸੀਂ ਉਹਨਾਂ ਦੇ NBA ਨੇ ਸਾਰਾ ਕੁਝ ਲਾਗੂ ਕੀਤਾ ਜੋ ਤੁਹਾਡੇ ਜਿਹੜੇ ਆਗੂ ਹੋਣਗੇ, ਪਰ ਫਿਰ ਵੀ ਤੁਹਾਡੇ ਕਿਉਂ ਯੂਨੀਅਨ ਵੱਲੋਂ ਦੁਬਾਰਾ ਸਰਕਾਰ? ਮੈਨੂੰ ਲੱਗਦਾ ਆਪ ਵੀ ਕਨਫਿਊਜ਼ਡ ਹੈ। ਇੱਕ ਪਾਸੇ ਉਹ ਕਹਿੰਦੇ ਕਿ ਲੀਡਰ ਸਾਹਿਬਾਨ ਸਾਡੇ ਕੋਲ ਆਏ ਸੀ, ਸਾਡੀ ਗੱਲਬਾਤ ਹੋਈ ਹੈ। ਦੂਜੇ ਪਾਸੇ ਉਹ ਇਹ ਕਹਿੰਦੇ ਹੈ ਕਿ ਲੀਡਰਸ ਹੀ ਉੱਥੇ ਬੈਠ ਕੇ ਧਰਨਾ ਕਰ ਰਿਹਾ ਹੈ। ਪਹਿਲਾਂ ਤਾਂ ਸਰਕਾਰ ਜਿਹੜੀ ਆਪਣੀ ਕਨਫਿਊਜ਼ਨ ਦੂਰ ਕਰੇ, ਕਿਉਂਕਿ ਅਸੀਂ ਕਲੀਅਰ ਹਾਂ, ਅਸੀਂ 15,300 ਨਹੀਂ ਲੈਣੀ।